हाँ जी भी जी, सारे भीर सत श्रीकाल जी। भी जी अज आप एक बार फिर मंदर सिंह घर रोडाले घर आए जी, ठीक है जी। तो इन्हों को कुछ क एनिमल सेल है जी, नीली दे मोहरा दे आ। तो हम इन्हें बाई जी गलबात करा। तो वीडियो शुरू तो पहले गल तो जरूर कहोंगे जो भीर अपने नवे नवे जुड़े जी, उन्होंने रिक्वेस्ट है कि अपने चैनल सबसक्राइब कर, लाइक कर, कमेंट कर, घंटे बने जरूर दबा कि तो नवी वीडियो आ सके, ठीक है जी। हम बाई जी उन्होंने गलबात करते हैं जी, की रिकॉर्ड है जी, तो इन्हें प्राइज की प्राइज ना जरूर दस के जावे जी, ठीक है जी। हम इन्हें बाई जी उन्होंने गलबात कर दे। हाँ जी बाई जी, सत श्रीकाल जी। पहले तो बाई जी अपने डिटेल दसो सारी जी। मेरा नाम सुखमंदर सिंह है, ठीक है जी। पेंड रोडिया जी, जिला मोगा। जिला मोगा, नंबर भी बोल दो जी अपना। 97। हाँ जी भाई जी, नंबर बोलो जी अपना। 97146, ठीक है जी। 97467, एक बार फिर बोलो जी। 97146, ठीक है। 97467, ठीक है जी। तो भाई जी हम अपने ये दसो अपने मतलब कि जिन्हें भी एनिमल खड़े सब सेल लिए है जी, मोहरा तो नहीं ली। हाँ जी, हाँ जी, ठीक है जी। चलो पहले आप इतों मोहरा स्टार्ट करते जी। ਤੇ ਇਹ ਕਿੰਨੇ ਸੂਏ ਬਾਈ ਜੀ? ਇਹ ਦੂਜੇ ਸੂਏ। ਦੂਜੇ ਸੂਏ ਸੋਨਾ? ਦੂਜੇ ਸੂਏ ਸੋਨਾ। ਸੋਨਾ ਤੇ ਕਿੰਨਾ ਟਾਈਮ ਪਿਆ ਜੀ ਹਜੇ ਸੁਣਦੇ ਜੀ ਇਹਨੂੰ? ਇਹਦੇ ਅੱਧ ਗੱਬ ਹੋਈ। ਅੱਛਾ, ਅੱਧ ਗੱਬ ਹੋ। ਮੰਨ ਕੇ ਚਲੋ 3 ਕੁ ਮਹੀਨੇ ਦੀ ਗੱਬਣ। ਅਜੇ 3 ਮਹੀਨੇ ਦੀ ਗੱਬਣ। ਚੈੱਕ ਹੁੰਦੀ। ਚੈੱਕ ਹੁੰਦੀ, ਠੀਕ ਹੈ ਜੀ, ਠੀਕ ਹੈ। ਤੇ ਇਹਦਾ ਫਿਰ ਕੀ ਵੇ ਦੁੱਧ ਰਿਕਾਰਡ ਦਾ ਫਿਰ ਕੀ ਪਤਾ ਲੱਗੂ ਜੀ? ਇਹਦਾ 22 23 ਕਿਲੋ ਦੁੱਧ ਦਿੱਤਾ ਜੀ। 22 23 ਕਿਲੋ? ਹਾਂਜੀ। ਗਰੰਟੀ ਹੈ ਜੀ? ਗਰੰਟੀ ਹੈ। ਅੱਛਾ, ਤੁਸੀਂ ਪਹਿਲੇ ਪਿੱਛੇ ਉਹਨੂੰ ਦੱਸਿਆ ਉਹਨਾਂ ਨੇ ਜਿੱਥੋਂ ਲੈ ਕੇ ਆਂਦੀ ਹੈ ਜੀ? ਹਾਂਜੀ, ਹਾਂਜੀ, ਠੀਕ ਹੈ ਜੀ, ਠੀਕ ਹੈ। ਤੇ ਚਲੋ ਫਿਰ ਬਾਈ ਜੀ ਨੂੰ ਫਿਰ ਮਾੜਾ ਤੋਰੀਏ ਜੀ ਆਪਾਂ। ਦੇਖੋ ਜੀ, ਚਲੋ ਹਜੇ ਇਹਦਾ 8-10 ਹਜੇ ਨੇ ਬਣਾਏ ਨੇ, ਕੱਚੀ ਹੈ। ਦੁੱਧ ਨਹੀਂ ਦਿੰਦੀ ਜੀ? ਨਹੀਂ, ਦੁੱਧ ਤਾਂ 50 ਦੁੱਧੋਂ ਭੱਜ ਗਈ ਹੈ। ਅਤੇ ਮੈਂ ਇਹਦੀ ਵੇਲ ਵੇਖੋ ਜੀ ਕਿੰਨੀ ਲੰਮੀ ਆ, ਠੀਕ ਹੈ ਜੀ। ਕੱਦ ਕੜ ਪੂਰਾ ਮੱਝ ਦਾ ਲਿਆਓ ਜੀ, ਲਿਆਓ। ਲੈ ਅਤੇ ਥਣ ਥੁਣ ਬਿਲਕੁਲ ਓਕੇ ਹੈ ਜੀ ਇਹਦੀ? ਓਕੇ, ਠੀਕ ਹੈ। ਅਤੇ ਗਾਂ ਫਿਰ ਟੀਕਾ ਇਹਦੇ ਕਿਹੜੇ ਥਾਂ ਦਾ ਭਰਾਇਆ ਜੀ? ਇਹਦੇ ਬਲੀ ਦਾ ਜੀ। ਬਲੀ ਦਾ ਭਰਾਇਆ? ਹਾਂਜੀ, ਠੀਕ ਹੈ ਜੀ। ਅਤੇ ਬਾਈ ਜੀ ਫਿਰ ਇਹਦਾ ਮੁੱਲ ਵੀ ਦੱਸੋ ਜੀ ਨਾਲ ਇਹਦਾ। ਇਹਦਾ ਮੁੱਲ ਉਹਦੀ ਦੱਸ ਦਿਆਂਗੇ। ਨਹੀਂ ਮਾੜਾ ਜੀ, ਚਲੋ ਫਿਰ ਵੀ ਹੁੰਦਾ, ਮੌਕੇ ਤੇ ਹੀ ਦੱਸ ਦਿਆਂਗੇ। ਅੱਛਾ, ਜੇ ਨਹੀਂ ਦੱਸਿਆ ਵੈਸੇ ਤਾਂ ਤਿਆਰੀ ਕਰਾਂਗੇ। ਠੀਕ ਹੈ ਜੀ, ਫਿਰ ਵੀ ਕੋਈ ਹੋਵੇ ਤਾਂ ਆਪਾਂ ਗਰੰਟੀ ਤੇ ਦੇ ਦਿਆਂਗੇ। ਠੀਕ ਹੈ ਜੀ, ਠੀਕ ਹੈ। ਚਲੋ ਫਿਰ ਇਹਦੇ ਬਾਰੇ ਗੱਲ ਕਰੀਏ ਜੀ। ਹਾਂਜੀ, ਇਹ ਕਿਵੇਂ ਸੂਏ ਜੀ? ਇਹ ਤੀਜੇ ਸੂਏ ਆ ਜੀ। ਤੀਜੇ ਸੂਏ ਆ? ਹਾਂਜੀ। ਤੇ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਜੀ? ਕੱਲ ਸੂਈ, ਕੱਲ ਸੂਈ। ਹਾਂਜੀ, ਕੱਲ ਰਾਤ ਸੂਈ। ਠੀਕ ਹੈ, ਤੇ ਕਿੰਨਾ ਬੋਲਾ ਜੀ ਫਿਰ ਇਹਨਾਂ ਥੱਲੇ? ਬੋਲਾ ਤੇ ਮੇਰੇ ਸਾਹ ਤੇ 8-10 ਕਿਲੋ ਹੋ। 8-10 ਕਿਲੋ, 10 ਕਿਲੋ ਮਤਲਬ ਬੋਲਾ ਹੈਗਾ। ਇਹ ਤਾਂ ਸਮਾਨ ਜਿਹੜਾ ਦੋਡਾਂ ਦੀ ਚੋਈ ਹੈ। ਦੋਡਾਂ ਦੀ, ਠੀਕ ਹੈ ਜੀ, ਠੀਕ ਹੈ। ਤੇ ਇਹਦਾ ਕੋਈ ਪਿੱਛੇ ਰਿਕਾਰਡ ਤੁਸੀਂ ਪਤਾ ਕੀਤਾ ਹੋਵੇ? ਇਹਦਾ 22 ਕਿਲੋ ਦਾ ਰਿਕਾਰਡ ਹੈ। 22 ਕਿਲੋ ਰਿਕਾਰਡ? ਹਾਂ, ਠੀਕ ਹੈ ਜੀ। ਯਾਨੀ 20 ਕਿਲੋ ਦੁੱਧ ਆਪਾਂ ਇਹਨੂੰ ਚੁਆ ਕੇ ਦੇਵਾਂਗੇ। 20 ਕਿਲੋ ਪੂਰੇ ਤਿਆਰ ਕਰਕੇ 20 ਕਿਲੋ ਚੁਆ ਕੇ ਦੇਵਾਂਗੇ। ਇਹਨੂੰ ਚੁਆ ਕੇ ਦੇਵਾਂਗੇ ਇੱਕ ਹਫ਼ਤੇ ਨੂੰ, ਠੀਕ ਹੈ ਜੀ, ਠੀਕ ਹੈ। ਹਾਂ, ਬਿਲਕੁਲ। ਚਲੋ ਬਾਈ ਜੀ ਫਿਰ ਇਹਨੂੰ ਵੀ ਤੋਰੋ ਜੀ, ਫਿਰ ਆਪਾਂ ਦਿਖਾਈਏ ਵੀਰਾਂ ਨੂੰ, ਫਿਰ ਆਪਾਂ ਇਹਦਾ ਵੀ ਆਡਰ ਉਡਰ ਚੰਗੇ ਤੋਂ ਦੇਖੋ ਜਾਂਦਾ ਜੀ। 22 ਕਿਲੋ ਕਹਿੰਦੇ ਦੁੱਧ ਚੁਆ ਕੇ ਦੇਵਾਂਗੇ ਜੀ, ਗਰੰਟੀ ਹੈ ਪੂਰੀ। ਦੇਖੋ ਜੀ ਆਡਰ, ਇਕੱਲਾ ਇਕੱਲਾ ਥਾਨ ਲੱਗਿਆ ਜੀ, ਸਾਰੀ ਚੀਜ਼ ਦੇਖੋ ਜੀ। ਚਲੋ ਹਜੇ ਕੱਲ੍ਹ ਸੂਈ ਆ, ਹਜੇ ਮੱਝ ਨੇ ਬੰਨਿਆ ਜੀ। ਆਹ ਬੱਚਾ ਆ ਗਿਆ ਹੈ ਜੀ, ਕੱਟਾ ਆ ਗਿਆ ਜੀ, ਮਗਰ ਕੱਟਾ ਆ ਗਿਆ, ਠੀਕ ਹੈ। ਇਹ ਥੋੜ੍ਹਾ ਥੋੜ੍ਹਾ ਬਿਲਕੁਲ ਓਕੇ ਜੀ, ਠੀਕ। ਅਤੇ ਬਾਈ ਜੀ ਫਿਰ ਇਹਦਾ ਕੀ ਮੁੱਲ ਹੈ ਜੀ? ਇਹਦਾ ਮੁੱਲ 1,60,000। 1,60,000 ਰੁਪਈਆ? ਚਲੋ ਬਾਕੀ ਮੌਕੇ ਤੇ ਤੁਸੀਂ ਦੁੱਧ ਚੁਆ ਕੇ ਦੇਵਾਂਗੇ। ਦੁੱਧ ਚੁਆ ਕੇ ਦੇਵੋਗੇ? 1,60,000 ਪ੍ਰਾਈਜ਼ ਹੈ ਜੀ ਇਹਦਾ, ਠੀਕ ਹੈ ਜੀ। ਅਤੇ ਬਾਕੀ ਜੇ ਕਿਸੇ ਵੀਰ ਨੇ ਲੈਣੀ ਹੋਈ ਤਾਂ ਉਹਨਾਂ ਬਾਈ ਨੇ ਗੱਲਬਾਤ ਕਰ ਸਕਦਾ ਜੀ। ਅਤੇ ਚਲੋ ਹੁਣ ਨੀਲੀ ਬਾਰੇ ਆ ਜਾਓ ਜੀ। ਇਹ ਕਿਨਵੇਂ ਸੂਈ ਸੂਈ ਹੈ ਜੀ? ਤੀਜੀ ਹੈ ਜੀ। ਇਹ ਵੀ ਤੀਜੀ ਸੂਈ ਆ? ਹਾਂਜੀ। ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ? ਇਹ ਵੀ ਕੱਲ੍ਹ ਹੀ ਸੂਈ ਹੈ ਜੀ। ਕੱਲ੍ਹ ਹੀ ਸੂਈ ਹੈ? ਹਾਂਜੀ। ਬੱਚਾ ਮਗਰ ਕੀ ਆ ਗਿਆ ਜੀ? ਕੱਟੀ ਹੈ ਦੇਵਾਂ। ਤੇ ਕਿਹੜੇ ਸੰਦ ਦੀ ਆ ਗਈ ਜੀ? ਇਹ ਆਪਣੇ ਸੰਦ ਦੀ। ਅੱਛਾ, ਤੁਹਾਡੇ ਆਪਦੇ ਸੰਦ ਦੀ, ਬਾਹੋਬਲੀ ਦੀ, ਹੈ ਜੀ? ਬਾਹੋਬਲੀ, ਠੀਕ ਹੈ ਜੀ, ਠੀਕ। ਤੇ ਇਹਦੇ ਥੱਲੇ ਇਸ ਟਾਈਮ ਬੋਲਾ ਕਿੰਨਾ ਜੀ? ਉਹੀ ਹੈ 10। ਬਸ 10 ਕਿਲੋ, 8-10 ਕਿਲੋ ਬੋਲਾ। ਕੱਲ੍ਹ ਸੂਈ ਹੈ ਜੀ? ਹਾਂਜੀ, ਹਾਂ, ਬਿਲਕੁਲ ਬਿਲਕੁਲ। ਦੇਖੋ ਜੀ, ਨੀਲੀ ਮੱਝ ਆ ਗਈ, ਸਾਰੇ ਨਿਸ਼ਾਨੇ ਆ ਗਏ ਆ A to Z। ਅਤੇ ਬਾਈ ਜੀ ਚਲੋ ਫਿਰ ਇਹਨੂੰ ਵੀ ਖੋਲੋ ਜੀ, ਇਹ ਤੋਰੀ ਆਪਾਂ। ਬੜੇ ਚਿਰ ਪਿੱਛੋਂ ਬਾਈਆਂ ਨੂੰ ਖਿਲਾਏ ਜੀ,
तो थोड़ा जहा लॉकडाउन पर प्रॉब्लम चली जाती थी, तो बस हम लगातार वीडियो आया करेंगे जी। ये भी देखो भी आर्डर देखो, ये फिर थोड़ा सा किन्ना दुद्ध दे दो जी? 14 किलो दुध कट दो जी। ठीक है, 14 किलो चुवा के दोगे इन्हें हौली हौली। बंद हो तो भाजी फिर इनका की मुल है जी? 1,25,000। ठीक है जी, मुल 1,25,000 रुपये जी। हाँ जी हाँ बिल्कुल बिल्कुल सही ला जी। ठीक आ कि सूए जी? ये दूजे सूना। तो यह किन्ने टाइम पे जी अजे? अजे 3 महीने गबना। ठीक है जी, तो दुद्ध फिर दिंदी नहीं होनी जी? चोटी देखो जी, वेखो आ चोटी कद कड़ देखो, हौली जी हौली 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 ध्यान ना हौली। तो इन्दे गां फिर अपने अपने संद टीका भरे जी? इन्दे भी हाँ जी अच्छा कैप्टन संद भरे। अच्छा अपने थान दी है? ठीक है, बाहुबल ठीक है जी, कैप्टन का टीका भरा। ठीक है जी, चोटी देखो कि शानदार चोटी है जी, सिंगल क्वालिटी देखो, फर्स्ट आई फर्स्ट आई। अच्छा फर्स्ट आई है जी, तो टैग इन्हें चुवाई हुई जी मारी गा? मेले करके पाए। अच्छा मेले करके पाए, ठीक है जी। तो इनका की मुल है जी? 1,50,000। 1,50,000 रुपया हूँ इस टाइम? 1,50,000 लेना इस टाइम? ठीक है जी। नहीं एनिमल थोड़े सारे सोने जी, तो बस आही इन्ने ही एनिमल है जी? हाँ इन्ने होर कोई है नहीं, है जी। आ मैया जी फुल गरंटी बाई होना दी तो मतलब कि चुवा के देंगे 22 लीटर के जो 20 लीटर मतलब कि गरंटी ने कि 20 लीटर अभी चुवा के देवे। ठीक है जी, तो मुल उन्होंने दस ही तो 1,60,000 रुपया। तो चलो बाई जी फिर तुम एक नंबर फिर बोल दो जी अपना। 97146। ठीक है जी, 97467। एक बार फिर बोल दो जी, दूजा नंबर दे दो। हाँ दूजा नंबर दे दो। 91157। ठीक है जी, 073-36। ठीक है जी, तो जो किसी भाई ने फोन आऊगा जी तो तुम गलबात कर लिया जी उन्होंने। ठीक है, ठीक है जी, जो होर कुछ कहना अपने बोल दे बारे वो तुम कह सकते हैं कि मतलब कि बोल दा तो हूँ दस। हाँ जी, और अगे चलो वैसे बहुत वीडियो बनाई जी अपना, तो सिमरन भी थोड़े वैसे नीली का। हाँ जी, मोहरा का दुध दो बिलकुल जी। चलो ठीक है भाई जी, फिर है जी, सत श्री अकाल जी।